ਅਸਲਾਮ ਅਲੈਕੁਮ ਅਤੇ ਕੀ ਹਾਲ ਚਾਲ ਹੈ ਤੁਹਾਡਾ? ਤਾਂ ਠੀਕ ਹੋਵੋਗੇ ਉਮੀਦ ਕਰਦਾ। ਅਤੇ ਤੁਸੀਂ ਗੈਸ ਕਰਦੇ ਹੋ ਕਿ ਮੈਂ ਕਿੱਥੇ ਹਾਂ? ਅਤੇ ਮੈਂ ਵਾਂ ਲਾਹੌਰ ਦੇ ਏਅਰਪੋਰਟ ਦੇ ਅਤੇ ਮੈਂ ਚੱਲਾਂ ਵਾਂ ਟਰਕੀ। ਟਰਕੀ ਤੋਂ ਆਪਾਂ ਪਹਿਲੇ ਜਾਵਾਂਗੇ ਇਸਤਾਂਬੁਲ, ਅਤੇ ਸੁਬਹਾ 8 ਵਜੇ ਦੀ ਫਲਾਈਟ ਹੈ। ਅਤੇ ਮਜ਼ੇ ਦੀ ਗੱਲ ਕੀ ਹੈ ਕਿ ਪਹਿਲੇ ਮੇਰੇ ਕਜ਼ਨ ਦੀ ਹੀ ਸ਼ਾਦੀ, ਜਿਹਦੀ ਵਜ੍ਹਾ ਨਾਲ ਮਤਲਬ ਮੈਨੂੰ ਇਹ ਥੋੜ੍ਹਾ ਜਿਹਾ ਪਲੈਨ ਅੱਗੇ ਕਰਨਾ ਪਿਆ। ਮਤਲਬ ਅਨਫੋਰਚੁਨੇਟਲੀ ਸਾਡੇ ਇੱਕ ਦੋਸਤ ਬੜੇ ਪਿਆਰ ਵਾਲੇ, ਜਿਹਦਾ ਮਤਲਬ ਵੀਜ਼ਾ ਨਹੀਂ ਲੱਗਾ। ਖੈਰ ਉਹਨੂੰ ਛੱਡੋ, ਅਤੇ ਮੈਂ 3 ਦਿਨ ਤੋਂ ਸੋਇਆ ਨਹੀਂ ਹੈ। ਅਤੇ ਸਾਡੀ ਫਲਾਈਟ ਸੁਬਹਾ 8 ਵਜੇ ਦੀ, ਅਤੇ ਹੁਣ ਵੱਜ ਰਹੇ ਨੇ 7:13। ਉਹ ਛੱਪੜੀ ਬੁਆਏ ਕਰ ਰਹੇ ਨੇ ਮਤਲਬ ਵਲੋਗਿੰਗ, ਅਤੇ ਮੈਂ ਦਰਅਸਲ ਇਹਨਾਂ ਨੂੰ ਐਤਕੀ ਆਪਣੇ ਵਲੋਗ 'ਚ ਬਿਲਕੁਲ ਨਹੀਂ ਲੈਣਾ। ਮੈਂ ਆਪਕੋ ਦਿਖਾਉਣਾ ਹੈ ਟਰਕੀ, ਠੀਕ ਹੈ ਭਾਈ ਜਾਨ? ਆਪਕਾ ਭਾਈ ਪੈਸੇ ਲਗਾਏਗਾ, ਮਜ਼ੇ ਆਪ ਲੇਗੇ, ਠੀਕ ਹੈ? ਤੋ ਵੀ ਚਲਤੇ ਹੈ ਕਾਫੀ ਪੀਣੇ। ਲੋ ਜੀ, ਪਿੱਛੇ ਦਨਾਨੀ ਚੀਕ ਚੀਕ ਮਰ ਗਈ ਹੈ ਕਿ ਭਾਈ ਤੁਹਾਡੀ ਫਲਾਈਟ ਉੱਡਣ ਲੱਗੀ ਹੈ, ਅਤੇ ਆ ਜਾਓ ਮੇਰੇ ਬੱਚੇ ਹੋ, ਆ ਕੇ ਫਲਾਈਟ 'ਚ ਬਹਿ ਜਾਓ। ਅਤੇ ਇਹ ਵੇਖੋ ਕੀ ਇੰਝ ਬੈਠੇ ਚੋਰਾ ਭਾਈ 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 ਕੌਣ ਭਾਈ? ਦੇਖੋ ਬਾਜੀ ਕਾ ਆ ਕੇ ਭਾਈ ਹੋਗਾ ਨਾ, ਭਾਈ ਭਾਈ। ਅੱਛਾ, ਅਬ ਜੇ ਕਹਿ ਰਿਹਾ ਕਿ ਮੈਂ ਬੋਲੂ ਜੋ ਜੀਜਾ ਜੀ ਬੋਲੇਂਗੇ ਵੋ ਮੈਂ ਕਰੂੰਗਾ, ਬਟ ਹਰ ਗਿਜ਼ ਨੂੰ, ਠੀਕ ਹੈ? ਚਲੋ ਜੀ ਚਲੀਏ। ਤੁਮ ਬਹੁਤ ਬੜੇ ਇਲੂਮੀਨਾਟੀ ਲੱਗ ਰਹੇ ਹੋ ਕੈਮਰਾ ਮੇਂ। ਓਏ ਇਹ ਫੇਕ ਐਕਟਿੰਗ ਨਾ ਕਰਿਆ ਕਰ, ਛਪੜੀਆ ਕਿਆ ਵੱਡੀ ਜੀ। ਸਲਮਾਨ ਜ਼ਿਆਦਾ ਨਹੀਂ ਬਾਜੀ, ਬੜੀ ਤੇਜ਼ ਹਰ 2 ਮਿੰਟਾਂ ਬਾਅਦ ਆ ਕੇ ਮਾਸਕ ਪਾਓ, ਮਾਸਕ ਪਾਓ। ਉਹ ਚੋਰਾ, ਉਹ ਚੋਰਾ ਕੁਛ ਪ੍ਰੋਬਲਮ ਉਹ ਵਾੜ ਲਿਆ ਭਜਨ ਆਨ ਹੈ ਕਿਆ ਯਾਰ? ਇੰਟਰਨੈਟ ਮੰਗ ਰਿਹਾ, ਰਿਚ ਬੋਇ ਸੁਣ ਰਹੇ ਹੋ? ਬਿਲਕੁਲ ਠੀਕ ਹੈ, ਐਸੀ ਕਰਨਾ ਕਹਿ ਰਹੀ ਹੈ ਟਰਕੀ ਜਾ ਕੇ। ਆਪਨੇ ਐਸੀ ਵੈਸੀ ਕੋਈ ਹਰਕਤ ਨਹੀਂ ਕਰਨੀ, ਅਗਰ ਆਪਨੇ ਐਸੀ ਵੈਸੀ ਹਰਕਤ ਕੀ ਤੋ ਆਪਕੋ ਵਾਪਸ ਭੇਜ ਦਿਆ ਜਾਏਗਾ। ਨਹੀਂ 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 ਨਹੀਂ, ਇਹ ਬੋਲ ਰਹੀ ਹੈ ਕਿ ਮੈਂ ਚਾਹ ਨਾ ਬਿਸਕੁਟ ਖਾ ਲੈਂਦੀ ਹਾਂ, ਡਾਕਟਰ ਮੈਨੂੰ ਰੋਟੀ ਬਣਾ ਕੇ ਕਹਿ ਰਹੀ ਹੈ ਕਿ ਖਾਣਾ ਆਪਕੋ ਨਹੀਂ ਮਿਲੇਗਾ ਕਿਉਂਕਿ ਹਾਲਾਤ ਟਾਈਟ ਚੱਲ ਰਹੇ ਹਮਾਰੇ, ਔਰ ਤੰਦੂਰ ਵੀ ਨਹੀਂ ਬਹਾਇਆ, ਲੱਕੜਾਂ ਮੋਗੀਆਂ ਨੇ ਬਿਲਕੁਲ, ਅਤੇ ਲਿਹਾਜ਼ਾ ਤੁਸੀਂ ਵੀ ਘਰ ਲੱਕੜਾਂ ਰੱਖ ਕੇ ਰੱਖੋ ਕਿਉਂਕਿ ਸਰਦੀ ਆ ਰਹੀ ਹੈ ਅਤੇ ਗੈਸ। ਬਾਕੀ ਗੱਲਾਂ ਦੀਆਂ ਗੱਲਾਂ, ਲੇਕਿਨ ਹੋਸਟਾਂ ਤਾਂ ਇੰਜ ਦੀਆਂ ਨੇ, ਐਡੀਆਂ ਚਿੱਟੀਆਂ, ਇੱਡਾ ਚਿੱਟਾ ਦੇ ਘਰੇ ਦੁੱਧ ਨਹੀਂ ਆਉਂਦਾ ਸਲਮਾਨ ਨੂੰ ਆਉਂਦਾ ਆਉਂਦਾ। ਹੁਣ ਤੁਸੀਂ ਕਿਹਾ ਤਾਂ ਮੈਂ ਮਿਲਾਵਟ ਵਾਲਾ ਪੀਂਦਾ, ਮਿਹਰਬਾਨੀ ਹੈ, ਮੈਂ ਜ਼ੇਰੇ ਤਮੀਜ਼ ਆ, ਮੇਰੀ ਮਦਦ ਕਰੋ। ਫਾਈਨਲੀ 7-8 ਘੰਟਿਆਂ ਬਾਅਦ ਆਪਾਂ ਪਹੁੰਚ ਗਏ ਹਾਂ ਤੁਰਕੀ, ਅਤੇ ਜ਼ਿਆਦਾ ਕੁਛ ਤਾਂ ਨਹੀਂ ਤੁਹਾਨੂੰ ਦੱਸਾਂਗਾ ਕਿ ਆਪਾਂ ਸੋ ਗਏ ਹਾਂ, ਮੈਂ ਅਤੇ ਚੀਮਾ ਜੀ। ਹਾਂਜੀ ਚੀਮਾ ਜੀ, ਸਾਰੇ ਰਸਤੇ ਸੋਏ ਹਾਂ ਕਿ ਅਸਾਂ ਆਖਿਆ ਕਿ ਬਈ ਸਿਰਫ ਪਲੇਨ 'ਚ ਸੋਣਾ, ਤੁਰਕੀ ਜਾ ਕੇ ਬਿਲਕੁਲ ਨਹੀਂ ਸੋਣਾ ਨਾ। ਇੱਥੇ ਅਸੀਂ ਆਪਾਂ ਆਏ ਹਾਂ ਜਗਰਾਤੇ ਕੱਟਣ, ਕਿਉਂ ਜੀ? ਜਗਰਾਤੇ ਕੱਟ ਕੇ ਬਿਮਾਰ ਹਨ। ਓਏ ਹੋਏ ਹੋਏ, ਮੈਂ ਤਾਂ ਕਿਸੇ ਦੇ ਵਿਆਹ 'ਤੇ ਇੰਨੀਆਂ ਸੋਹਣੀਆਂ ਕੁੜੀਆਂ ਨਹੀਂ ਵੇਖੀਆਂ ਯਾਰ, ਜਿੰਨੀਆਂ ਸੋਹਣੀਆਂ ਕੁੜੀਆਂ ਇੱਥੇ ਇਹ ਰੋਸ 'ਚ ਸੀ। ਪਹਿਲਾਂ ਤਾਂ ਮੇਰੀ ਬੇਬੇ ਨੇ ਪੁਰਾਣੀ ਮਾਈਆਂ ਆ ਰੱਖਿਆ ਕਿ ਪੋਤਾ ਵੀ ਲੈ ਜਾ, ਪੋਤੋ ਵੀ ਲੈ ਜਾ, ਦੇਸੀ ਘਿਓ ਲੈ ਜਾ, ਮਾੜਾ ਜਿਹਾ ਵੀ ਲੈ ਜਾ, ਬਟ ਫਿਰ ਮੈਨੂੰ ਯਾਦ ਆਇਆ ਕਿ ਨਹੀਂ ਮਾਂ ਜੀ, ਮੈਂ ਇੰਨਾ ਕੁਛ ਨਹੀਂ ਲੈ ਕੇ ਜਾ ਸਕਦਾ, ਇੰਨੀਆਂ ਚੀਜ਼ਾਂ ਨਹੀਂ ਮੇਰੇ ਕੋਲ। ਏਅਰਪੋਰਟ ਇੱਥੇ ਦਾ ਬਹੁਤ ਵੱਡਾ ਹੈ, ਕਾਫੀ ਲੰਬਾ ਏਅਰਪੋਰਟ ਹੈ, ਅਤੇ ਪੈਦਲ ਹੀ ਜਾਣਾ ਪੈਣਾ, ਕੋਈ ਲੈਣ ਵਾਲਾ ਤਾਂ ਐਪ ਨਹੀਂ। ਬਾਕੀ ਸ਼ੁਕਰ ਹੈ ਅੱਲਾ ਦਾ ਕਿ ਇਹਨਾਂ ਨੇ ਬੇਸ਼ਬਿਨ ਅਸ਼ਤਾ ਹਾਲਤ। ਅੱਛਾ, ਸਪੈਸ਼ਲੀ ਤੁਹਾਨੂੰ ਮੈਂ ਕਿਸੀ ਕਹਿਣਾ ਚਾਹਾਂ, ਅਗਰ ਤੁਸੀਂ ਮਤਲਬ ਟਰਕੀ ਦੀ ਏਅਰਲਾਈਨ, ਟਰਕਿਸ਼ ਏਅਰਲਾਈਨ ਤੋਂ ਟਰੈਵਲ ਕਰ ਰਹੇ ਹੋ, ਤਾਂ ਤੁਹਾਨੂੰ ਮੈਂ ਪਹਿਲੇ ਐਡਵਾਈਸ ਦੇ ਦਿਆਂ ਘਰੋਂ ਕੁਛ ਲੈ ਕੇ ਜਾਓ ਖਾਣ ਵਾਸਤੇ, ਕਿਉਂਕਿ ਇਹਨਾਂ ਦਾ ਖਾਣਾ ਮਾਸ਼ਾਅੱਲਾ ਸਾਨੂੰ ਪਸੰਦ ਨਹੀਂ ਆਇਆ। ਮਤਲਬ ਆਪਣਾ ਆਪਣਾ ਟੇਸਟ ਹੁੰਦਾ ਯਾਰ, ਮੈਂ ਖਾਣੇ ਨੂੰ ਮਾੜਾ ਨਹੀਂ ਕਹਿੰਦਾ,
ਬਟ ਇਹ ਸੀਗਾ ਕਿ ਖਾਣਾ ਬਹੁਤ ਨਾ ਬੜਾ ਕਿੱਦਾਂ ਦਾ ਸੀਗਾ ਖਾਣਾ ਸਮਝ ਗਏ ਉਹ ਬਰਾੜ ਦੇ ਐਕਸਪ੍ਰੈਸ਼ਨ ਤੋਂ ਕਿੱਦਾਂ ਦਾ ਜੀ ਚਲੋ ਖੈਰ ਜਾਂਦੇ ਹੁਣ ਆਪਾਂ ਤੁਸੀਂ ਇਹ ਨਾ ਸੋਚੀ ਹੋਇਆ ਕਿ ਅਸੀਂ ਇੱਥੇ ਆ ਕੇ ਮਤਲਬ ਤੁਰਕੀ ਚ ਰਹਿ ਰਹੇ ਹਾਂ ਮਹਿਸੂਸ ਹੋ ਰਿਹਾ ਤੁਰਕੀ ਆ ਰਹੀ ਹੈ ਅੱਛਾ ਮੈਂ ਕਹਿੰਦਾ ਦਿਲ ਗਾਰਡਨ ਗਾਰਡਨ ਹੋ ਗਿਆ ਮੇਰਾ ਗਾਰਡਨ ਗਾਰਡਨ ਅੱਛਾ ਆਪਣੇ ਆਪ ਕੋ ਸ਼ੀਸ਼ੇ ਮੇ ਦੇਖੋ ਮਾਸਕ ਪਹਿਨ ਕੇ ਕੈਸੇ ਲੱਗ ਰਹੇ ਹੋ ਔਰ ਇਹ ਸ਼ਾਇਦ ਤੁਮਨੇ ਏਅਰਲਾਈਨ ਕਾ ਮਾਸਕ ਯੂਜ਼ ਕੀਆ ਨਹੀਂ ਹੋਣੇ ਤੋ ਇਸ ਤਰ੍ਹਾਂ ਦੇ ਦਿਖਦੇ ਅੱਛਾ ਤੇ ਮੈਂ ਤੁਹਾਨੂੰ ਬਲੇ ਕਹਿ ਦਿਆ ਕਿ ਤੁਹਾਨੂੰ ਵੀ ਲੱਗੇਗਾ ਕਿ ਪੈਂਟ ਗੰਦ ਪਾਉਣਾ ਹੈ ਕਿ ਮਤਲਬ ਤੁਸੀਂ ਇਹ ਕੁਝ ਕਿ ਟਰਕੀ ਲੈਂਡ ਕਰਨੀ ਇਹਨਾਂ ਨੇ ਕਿੱਥੇ ਮਤਲਬ ਸਭ ਤੋਂ ਪਹਿਲਾਂ ਨਜ਼ਾਰਾ ਕੀ ਹੋਇਆ ਬਾਅਦ ਵਿੱਚ ਨਹੀਂ ਖੈਰ ਅਤੇ ਤੁਹਾਨੂੰ ਪਤਾ ਕਦੀ ਵੀ ਪ੍ਰੈਸ਼ਰ ਆ ਸਕਦਾ ਅਤੇ ਇਸ ਕਰਕੇ ਟਰਕੀ 'ਚ ਆ ਕੇ ਤੁਹਾਨੂੰ ਪਤਾ ਕਰੰਸੀ ਤਾਂ ਲੈਣੀ ਪੈਣੀ ਹੈ ਅਤੇ ਸਾਡੇ ਕੋਲ ਕੀ ਗਲਤੀ ਹੋਈ ਅਸੀਂ ਕਰੰਸੀ ਐਕਸਚੇਂਜ ਕਰਾ ਲਈ ਏਅਰਪੋਰਟ ਤੋਂ ਉਹ ਸੋਹਣੀ ਮੇਮ ਦੇ ਚੱਕਰ 'ਚ ਉਹਨੇ ਇੱਕ ਦੋ ਵਾਰੀ ਆਹੋ ਆਹੋ ਕਿਹਾ ਅਤੇ ਅਸੀਂ ਕਿਹਾ ਚਲੋ ਠੀਕ ਹੈ ਅਤੇ ਇਹਨੇ ਮਰ ਜਾਣੀ ਨੇ ਸਾਨੂੰ ਲੁੱਟ ਲਿਆ ਅਤੇ ਮੈਂ ਤੁਹਾਨੂੰ ਇਹ ਮਸ਼ਵਰਾ ਦੇਵਾਂਗਾ ਜਦੋਂ ਵੀ ਤੁਸੀਂ ਟਰਕੀ ਆਓ ਇੱਥੋਂ ਕਦੀ ਪੈਸੇ ਚੇਂਜ ਨਾ ਕਰਾਓ ਕਿ ਮਤਲਬ ਔਰਤ ਦੀ ਨਹੀਂ ਮੰਨੀ ਇੱਥੇ ਇਹਦੀ ਇਹ ਜਿਹੜੀ ਖਲੋਤੀ ਜੀ ਇਹਦੀ ਨਹੀਂ ਮੰਨੀ ਤੁਸੀਂ ਬਾਹਰ ਜਾਓਗੇ ਬਾਹਰ ਤੁਹਾਨੂੰ ਰੇਟ ਬਹੁਤ ਅੱਛਾ ਲੱਭੇਗਾ ਖੈਰ ਚਲੋ ਜੋ ਹੋਣਾ ਸੀ ਹੋ ਗਿਆ ਇੰਨਾ ਢੇਰ ਸਾਰਾ ਪੈਸਾ ਅਸੀਂ ਲਾ ਹੜਿਆ ਅਤੇ ਸਾਨੂੰ ਚਲੋ ਇੰਨਾ ਨਹੀਂ ਫਰਕ ਆਇਆ ਲੇਕਿਨ ਫਿਰ ਵੀ ਸਾਨੂੰ ਕੁਛ 700 ਲੀਰਾ ਜ਼ਿਆਦਾ ਮਿਲ ਸਕਦਾ ਸੀ ਬਾਕੀ ਕੋਈ ਨਹੀਂ ਖੈਰ ਹੁਣ ਜੋ ਹੋਇਆ ਸੋ ਹੋਇਆ ਤੁਹਾਡੇ ਵਾਸਤੇ ਐਡਵਾਈਸ ਹੈ ਤੁਹਾਡੇ ਲਈ ਆਪਣਾ ਨੁਕਸਾਨ ਕਰ ਲਿਆ ਮੈਂ ਭਾਈ ਵੈਸੇ ਆਪਣੇ ਤਾਂ ਮਤਲਬ ਪਾਕ ਟਰਕੀ ਕੇ ਉਹ ਕਿਆ ਕਹਿੰਦੇ ਆ ਫਰੈਂਡਸ਼ਿਪ ਕੇ ਬੜੇ ਨਾਰੇ ਸੁਣੇ ਹੋਗੇ ਬੜਾ ਇਹ ਸੁਣਾ ਹੋਗਾ ਬਟ ਅਨਫੋਰਚੁਨੇਟਲੀ ਕਿ ਸਾਨੂੰ ਇੱਥੇ ਆਉਂਦੀ ਉਹਨਾਂ ਨੇ ਲੈਣ ਤੋਂ ਲਹਿਦਾ ਕਾੜਿਆ ਕਿ ਬਾਈ ਤੁਸੀਂ ਪਾਕਿਸਤਾਨੀ ਹੋ ਅਤੇ ਜਾਓ ਸਾਈਡ 'ਤੇ ਉਹ ਲੋਕਰ ਦੇ ਵਿੱਚ ਜਾ ਕੇ ਤੁਸੀਂ ਟੈਸਟ ਕਰਵਾਓ ਇਸ ਕਰਕੇ ਹੁਣ ਆਪਾਂ ਇੱਥੇ ਆ ਗਏ ਅਤੇ ਹੁਣ ਵੇਖੋ ਕੀ ਕਰੀਏ ਮਤਲਬ ਹਰ ਬੰਦਾ ਜਾ ਰਿਹਾ ਗੋਰਾ ਕਾਲਾ ਪੀਲਾ ਨੀਲਾ ਗੁਲਾਬੀ ਸ਼ੋਕਿੰਗ ਪਿੰਕ ਬਬਲ ਗਮ ਪਿੰਕ ਸਾਰਾ ਸਾਨੂੰ ਹੀ ਰੋਕ ਲਿਆ ਜ਼ਿਆਦਤੀ ਹੈ ਯਾਰ ਮੈਂ ਇਹਦੀ ਮਜ਼ੰਮਤ ਕਰਦਾ ਲੋਕਾਂ ਰਿਚ ਜ਼ਿਆਦਾ ਔਰ ਰਿਚ ਵਰਗੇ ਵੀ ਲੋਕ ਜਾ ਰਹੇ ਨੇ ਕੋਈ ਸਿਸਟਮ ਬਹੁਤ ਡਾਟੇ ਹੈ ਔਰ ਗਲਤ ਗੱਲ ਹੈ ਯਾਰ ਯੂ ਹੈਵ ਟੂ ਗੈਟ ਦਟ ਫਾਰਮ ਲਾਈਵ ਜਾ ਰਹਾ ਹੈ ਇਹ ਬਾਹਰ ਨਾ ਕਰਦੇ ਹੋ ਕੋਈ ਫਾਈਨਲੀ ਤੁਹਾਡੇ ਵੀ ਨੇ ਸਿਕਿਉਰਿਟੀ ਟੈਸਟ ਇਮੀਗ੍ਰੇਸ਼ਨ ਦਾ ਟੈਸਟ ਵੀ ਕੰਪਲੀਟ ਕਰ ਲਿਆ ਉਹਨਾਂ ਨੇ ਆਖਿਆ ਬਾਦਸ਼ਾਹ ਤੂੰ ਆਇਆ ਤੇ ਆ ਜਾਓ ਜਨਾਬ ਤੁਹਾਡੇ ਤੇ ਵੇਟ ਸੀ ਆ ਜਾਓ ਸੋ ਬਿਸਮਿਲ੍ਲਾ ਜੀ ਆਇਆਂ ਨੂੰ ਤੇ ਚੋਰੀ ਬਰਾੜ ਸਾਹਿਬ ਹੋਰੀ ਫਸੇ ਪਏ ਨੇ ਉਹ ਖਲੋਤੇ ਨੇ ਪਿੱਛੇ ਤੇ ਮੈਂ ਹੁਣ ਆ ਗਿਆ ਤੇ ਵੇਟ ਪਾ ਕਰਦੇ ਨੇ ਚਲੋ ਨਗੇ ਜਾਂਦੇ ਆ ਕਿਉਂਕਿ ਸਾਨੂੰ ਬਹੁਤ ਦੇਰ ਹੋ ਗਈ ਹੈ ਕਿਉਂਕਿ ਤੁਹਾਨੂੰ ਪਤਾ ਸਵੇਰ ਦਾ ਕੁਛ ਖਾਧਿਆ ਵੀ ਨਹੀਂ ਤੇ ਇਸ ਕਰਕੇ ਕਿਉਂਕਿ ਉਹ ਜਿਹੜਾ ਉਹਨਾਂ ਨੇ ਪਲੇਨ 'ਚ ਖਾਣਾ ਦਿੱਤਾ ਸੀ ਉਹਨਾਂ ਕਾਬਲੇ ਕਬੂਲ ਸੀ ਕਿਉਂਕਿ ਉਹ ਸੀ ਕਾਪੂ ਅਤੇ ਕਾਪੂ ਅਸੀਂ ਖਾਂਦੇ ਕੋਈ ਨਹੀਂ ਪੰਜਾਬੀ ਬੰਦੇ ਹਾਂ ਗੋਸ਼ਤ ਖਾਣ ਵਾਲੇ ਅਤੇ ਖੈਰ ਹੁਣ ਜਾ ਕੇ ਕੋਈ ਗੋਸ਼ਤ ਵਾਲੀ ਦੁਕਾਨ ਲੱਭ ਕੇ ਗੋਸ਼ਤ ਪਾੜਦੇ ਪਹਿਲੇ ਤਾਂ ਆਪਾਂ ਬੈਗ ਵੀ ਲੈਣੇ ਨੇ ਲੈ ਜੀ ਮਤਲਬ ਸਾਰਾ ਬੈਗ ਸ਼ੈਗ ਲੈ ਕੇ ਚੈਕਿੰਗ ਚੈਕਿੰਗ ਕਰਾ ਕੇ ਆਪਾਂ ਆ ਕੇ ਗਏ ਹਾਂ ਅਤੇ ਹੁਣ ਸਵੇਰ ਦਾ ਕੁਛ ਨਹੀਂ ਕਰਦੇ ਆ ਤੁਹਾਨੂੰ ਪਤਾ ਖਾਣਾ ਕਹਿੰਦਾ ਸੀ ਅਤੇ ਮੈਂ ਕਿਹਾ ਹੁਣ ਕੀ ਖਾਈਏ ਅਤੇ ਮਰਜ਼ੀ ਨੂੰ ਲੈ ਨੇ ਅਤੇ ਬਰਗਰ ਕਿੰਗ ਤਾਂ ਦੇ ਤਾ ਆਰਡਰ ਅਤੇ ਮੇਰੇ ਤਾਂ ਮਤਲਬ ਰੇਟ ਸੁਣ ਕੇ ਅੱਖਾਂ ਬਾਹਰ ਆ ਗਏ ਹਨ ਮਤਲਬ 17-17 100-2000 ਦਾ ਛੋਟਾ ਛੋਟਾ ਬਰਗਰ ਮਤਲਬ ਐਡਾ ਛੋਟਾ ਬਰਗਰ ਹੈ ਜਿੱਡੇ ਛੋਟੇ ਕੇਲੇ ਨਹੀਂ ਹੁੰਦੇ ਲੋਕਾਂ ਦੇ ਫੁੱਲਾਂ ਦੇ ਮਤਲਬ ਐਡਾ ਛੋਟਾ ਬਰਗਰ ਅਤੇ ਖੈਰ ਆਪਾਂ ਔਡਰ ਦੇ ਖੜੇ ਆ 500-60 ਲੀਰੇ ਤੁਹਾਡੇ ਵੀਰ ਨੇ ਲਾਤੇ ਨੇ ਅਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸ ਦਿਆਂ ਕਿ ਇਸ ਤੋਂ ਬਾਅਦ ਫੁੱਲ ਰੱਜ ਕੇ ਖਾਣਾ ਫਿਰ ਜਾਂਦੇ ਹਾਂ ਆਪਾਂ ਹੋਟਲ ਅਤੇ ਫਿਰ ਤੁਹਾਨੂੰ ਵਿਖਾਉਂਦਾ ਤੁਹਾਡਾ ਵੀਰ ਤੁਰਕੀ ਦੇ ਨਜ਼ਾਰੇ ਠੀਕ ਹੈ ਨਾਲ ਲਵੋ ਮੇਰੇ ਆ ਬੋਤਲ ਤੋਂ ਆ ਗਈ ਆ ਮੈਨੂੰ ਸਮਝ ਨਹੀਂ ਆ ਰਹੀ ਯਾਰ ਜੀ ਭਾਈ ਇਸਕੋ ਪੀਣਾ ਹੈ ਕਿ ਇਸੇ ਨਹਾਣਾ ਹੈ ਇਸੇ ਨਹਾਣਾ ਹੈ ਅਰੇ ਵੀ ਉਹ ਇਸ ਲਈ ਉਹਨਾਂ ਲੋਕਾਂ ਨੇ ਦੀ ਵੀ ਹੈ ਕਿ ਤੁਸੀਂ ਜਾਂਦੇ ਜਾਂਦੇ ਕਹਿ ਕੇ ਜਾਓ ਲੀਟਰ ਦੀ ਤੇ ਪੂਰੀ ਬੋਤਲ ਆ ਦੇ ਬਣਾ ਕੇ ਤੇਰੀ ਕੈਚਪ ਹੈ ਲੋਰੀ ਤੁਹਾਨੂੰ ਪਤਾ ਹੈ ਕਿ ਜਿੱਥੇ ਵੀ ਜਾਓ ਤੇ ਸਭ ਤੋਂ ਜ਼ਰੂਰੀ ਹੁੰਦਾ ਇੰਟਰਨੈਟ ਤੇ ਇੰਟਰਨੈਟ ਲੈਣ ਵਾਸਤੇ ਆਪਾਂ ਚੱਲੇ ਆ ਵੱਡਾ ਫੋਨ ਦੀ ਦੁਕਾਨ ਵੱਡਾ ਫੋਨ ਨਹੀਂ ਬੋੜਾ ਫੋਨ ਤੇ ਮੈਂ ਨਾ ਬੁਲਾਣੇ ਆ ਕੇ ਤੁਸੀਂ ਆ ਬਸ ਚੈੱਕ ਕਰਦੇ ਨੇ ਦੱਸ ਦੇ ਦੋ ਲੋਰੀ ਆਸ਼ਕ ਤੁਰਕੀ 'ਚ ਨਾਕਾਮ ਨੇ ਕਿਉਂਕਿ ਤੁਰਕੀ 'ਚ ਪੈਕੇਜ ਬਹੁਤ ਮਹਿੰਗੇ ਨੇ ਜਿਹੜੇ ਆਸ਼ਕ ਨੇ ਅਤੇ ਉਹਨਾਂ ਦਾ ਇੱਥੇ ਕੁਛ ਨਹੀਂ ਬਣ ਸਕਦਾ ਕਿਉਂਕਿ ਇਹਦੇ ਪੈਕੇਜ ਬਹੁਤ ਮਹਿੰਗੇ ਨੇ ਕਿਉਂਕਿ ਮੈਂ ਸਿਮ ਪੁੱਛੀ ਉਹਨੇ ਆਖਿਆ ਭਾਈ ਜੀ 350 ਲੀਰੇ ਦੀ ਤੁਹਾਨੂੰ ਲੱਭੇਗੀ ਅਤੇ 20 GB ਇੰਟਰਨੈਟ 20 GB ਮਤਲਬ ਪਾਕਿਸਤਾਨ 'ਚ ਬਣ ਜਾਂਦਾ ਕੋਈ ਮਤਲਬ 350 ਲਾ ਲਓ ਕੋਈ ਅਤੇ ਕੋਈ 5-6 ਹਜ਼ਾਰ ਰੁਪਇਆ ਅਤੇ ਮੈਂ ਕਿਹਾ ਨਹੀਂ ਜੀ ਨਹੀਂ ਇੰਨਾ ਪੈਸੇ ਨਹੀਂ ਲਾਉਣੇ
ਅੱਛਾ ਖੈਰ ਹੁਣ ਆਪਾਂ ਬਾਹਰ ਜਾ ਕੇ ਕਿਧਰੋਂ ਵਾਈਫਾਈ ਜਾਂ ਹੌਟਸਪੌਟ ਲੋਕਾਂ ਕੋਲ ਯੂਜ਼ ਕਰਾਂਗੇ। ਨਾ 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 ਐਂਡਿੰਗ ਕਿਆ ਕਰਨੀ ਹੈ ਜੀ, ਪਹਿਲੀ ਬਾਤ ਹੈ ਕਿ ਮੈਂ ਪਹੁੰਚ ਗਿਆ ਬਾਹਰ ਅਤੇ ਆਪਾਂ ਕਰਾ ਰਹੇ ਹਾਂ ਟੈਕਸੀ, ਅਤੇ ਟੈਕਸੀ ਕਰਾਈ ਇਹਨਾਂ ਨੇ, ਲਗਜ਼ਰੀ ਟੈਕਸੀ ਕਾਹਦੀ ਹੈ, ਬੱਕਰੀ ਮਾਰਨੀ ਚੁੱਕਣ ਵਾਲੀ ਬੱਸ ਲੱਗ ਰਹੀ ਹੈ ਅਤੇ ਖੈਰ ਉਹ ਕਰਾ ਰਹੇ ਨੇ ਕਿਉਂਕਿ ਮੈਂ ਅਤੇ ਸਲਮਾਨ ਤੁਹਾਨੂੰ ਪਤਾ ਹੈ ਹਮ ਉਦੇ ਮਜਨੂ ਹੈ, ਹਮ ਉਦੇ ਮਜਨੂ ਹੈ, ਹਮ ਉਦੇ ਮਜਨੂ, ਦੁਨੀਆ ਕਾ ਗਾਣ ਕਰਕੇ ਬੈਠੇ, ਦੁਨੀਆ ਕਾ ਗਾਣ ਕਰਕੇ ਬੈਠੇ ਹੈ। ਖੈਰ ਤੇ ਤੁਹਾਨੂੰ ਮੈਂ ਆਪਣੇ ਪਿੱਛੇ ਖਵਾਤੀਨ ਵੀ ਮਾਨਦਾ, ਖਵਾਤੀਨ ਹੈ ਸਾਰੇ ਮਤਲਬ ਆਏ ਨੇ ਟੈਕਸੀਆਂ ਦਾ ਵੇਟ ਕਰਨ, ਅਤੇ ਤੁਸੀਂ ਇਹ ਨਾ ਵੇਖੀਓ ਕਿ ਮੈਂ ਠਰਕੀ ਹਾਂ, ਤੁਹਾਨੂੰ ਪਿੱਛੋਂ ਬੱਚੀਆਂ ਪਾ ਰਹੇ ਹਾਂ, ਨਾਲ ਆਪ ਵੀ ਤਾੜ ਰਹੇ ਹਾਂ, ਬਿਲਕੁਲ ਨਹੀਂ। ਅਤੇ ਮੈਂ ਤੁਹਾਨੂੰ ਦੱਸ ਬਾਹਰ ਰਿਹਾ ਕਿ ਲਾਈਕ ਕਿੰਨੀ ਆਵਾਮ ਹੈ ਅਤੇ ਖਜਲ ਹੋਣ ਲੱਗੀ ਹੈ ਯਾਰ, ਜਿਹਨਾਂ ਨੂੰ ਗੋਰੇ ਗੋਰੇ ਕਹਿੰਦੇ ਉੱਥੇ ਅਗਲੇ ਵਿਚਾਰੇ ਟੈਕਸੀਆਂ ਕਰਕੇ ਰੋਲ ਰਹੇ ਨੇ। ਅਤੇ ਖੈਰ ਕਦੀ ਵੀ ਆਪਣਾ ਆਪਣਾ ਭੁੱਲੋ, ਅਤੇ ਭਾਰੀ ਉਹਨੂੰ ਕਹਿ ਰਿਹਾ ਕਿ ਮੈਂ ਚਾਹ ਨਾਲ ਬਿਸਕੁਟ ਖਾ ਲੈਣਾ, ਡਾਕਟਰ ਨੇ ਮੈਨੂੰ ਰੋਟੀ ਬਣਾ ਕੀਤੀ ਹੈ, ਆਪ ਅਤੇ ਟੈਕਸੀ ਨੇ ਡਰੋਪ ਕਰ ਛੱਡਿਆ ਸਾਨੂੰ, ਅਤੇ ਇਹਨੇ ਡਰੋਪ ਕੀਤਾ ਸਾਨੂੰ ਗਲਾਡਾ ਟਾਵਰ ਦੇ ਥੱਲੇ। ਬਲੂ ਮੋਸਕ, ਕਿਆ ਮਜ਼ੇਦਾਰ ਵਿਊ ਹੈ ਯਾਰ ਸਮੁੰਦਰ ਦਾ, ਔਰ ਇਹ ਗਲਾਡਾ ਟਾਵਰ, ਤੋ ਇਸਕਾ ਹਮ ਲੇਂਗੇ ਕੱਲ ਇਨਸ਼ਾਅੱਲਾ, ਠੀਕ ਹੈ। ਅਤੇ ਇੱਧਰ ਭਈਆ ਨਾ ਇੱਧਰ ਮੈਂ, ਅਤੇ ਅੱਜ ਦਾ ਵਲੋਗ ਹੁੰਦਾ ਇੱਥੇ ਖਤਮ, ਅਤੇ ਹੱਸਦੇ ਰਹੋ, ਵੱਸਦੇ ਰਹੋ, ਸਿਰਾਂ ਦੀ ਤੇਲ ਚਾਸਦੇ ਰਹੋ, ਵੀ ਵਾਂਟ ਇਜਾਜ਼ਤ।